ਹੁਸ਼ਿਆਰਪੁਰ ਤੋਂ ਆਇਆ ਮਾਮਲਾ ਸਾਹਮਣੇ, ਜਿੱਥੇ ਕਿ ਇੱਕ ਘਰ ਦੇ 12 ਜੀ ਇਕੱਠੇ ਇਨੋਵਾ ਗੱਡੀ ਵਿੱਚ ਕਿਸੇ ਵਿਆਹ ਦੀ ਖੁਸ਼ੀ ਤੇ ਜਾ ਰਹੇ ਸੀ ਤੇ ਉਹਨਾਂ ਦੀ ਖੁਸ਼ੀ ਉਸ ਸਮੇਂ ਮਾਤਮ ਵਿੱਚ ਬਦਲ ਗਈ ਜਦੋਂ ਉਹਨਾਂ ਦੀ ਗੱਡੀ ਜੈਜੋ ਨੇੜੇ ਚੋਅ ਵਿੱਚ ਡਿੱਗ ਗਈ। 12 ਲੋਕ ਉਸ ਵਿੱਚ ਨਾਲ ਹੀ ਡਿੱਗ ਗਏ, ਜਿਨ੍ਹਾਂ ਵਿੱਚੋਂ 9 ਲੋਕਾਂ ਦੀਆਂ ਲਾਸ਼ਾਂ ਬਰਾਮਦ ਹੋਈਆਂ, 2 ਲਾਪਤਾ ਤੇ 1 ਨੂੰ ਬਚਾ ਲਿਆ ਗਿਆ। ਉਸਦੀ ਹਾਲਤ ਬਹੁਤ ਗੰਭੀਰ ਦੱਸੀ ਜਾ ਰਹੀ ਹੈ। ਉੱਥੇ ਦੇ ਲੋਕਾਂ ਵੱਲੋਂ ਕਿਹਾ ਗਿਆ ਕਿ ਅਸੀਂ ਇਹਨਾਂ ਨੂੰ ਇਸ਼ਾਰਾ ਕੀਤਾ ਸੀ ਵੀ ਅੱਗੇ ਨਾ ਜਾਓ, ਪਰ ਫਿਰ ਵੀ ਡਰਾਈਵਰ ਨਾ ਰੁਕਿਆ ਤੇ ਇੰਨਾ ਵੱਡਾ ਹਾਦਸਾ ਵਾਪਰ ਗਿਆ। ਉੱਥੇ ਹੀ ਸਰਕਾਰ ਨੇ ਇਹਨਾਂ ਨੂੰ 4-4 ਲੱਖ ਦਾ ਮੁਆਵਜ਼ਾ ਦੇਣ ਦਾ ਐਲਾਨ ਕੀਤਾ। ਸਥਾਨਕ ਲੋਕਾਂ ਵੱਲੋਂ ਬੜੀ ਕੋਸ਼ਿਸ਼ ਕੀਤੀ ਗਈ ਇਹਨਾਂ ਨੂੰ ਕੱਢਣ ਦੀ, ਪਰ ਗੱਡੀ ਵਿੱਚ ਪਾਣੀ ਭਰਨ ਕਾਰਨ ਇਹ ਡੁੱਬ ਗਈ। 9 ਲੋਕਾਂ ਦੀਆਂ ਲਾਸ਼ਾਂ ਬਰਾਮਦ ਹੋਈਆਂ, 2 ਅਜੇ ਵੀ ਲਾਪਤਾ ਨੇ। ਇਨੋਵਾ ਦੀ ਹਾਲਤ ਤੁਸੀਂ ਦੇਖ ਸਕਦੇ ਹੋ ਕਿ ਹਾਦਸੇ ਤੋਂ ਬਾਅਦ ਗੱਡੀ ਪੂਰੀ ਤਰ੍ਹਾਂ ਬਰਬਾਦ ਹੋ ਚੁੱਕੀ ਹੈ। ਇਸ ਵਿੱਚ ਬੈਠੇ ਵਿਅਕਤੀਆਂ ਦਾ ਕੀ ਹਾਲ ਹੋਇਆ ਹੋਵੇਗਾ।